यार याद भी क्यों नहीं अगे बैठी थी कार में डोमिनेटिंग मदर इन लॉ। ਪਰ ਉਹਨੂੰ ਕਿਤੇ ਟ੍ਰੇਨ 'ਚ ਲੈ ਗਈ ਤੂੰ ਕਹਿੰਦੇ ਇਹਨੂੰ ਜਿਹੜਾ ਇੰਜਨ ਆ ਨਾ ਇੰਜਨ ਦੇ ਅੱਗੇ ਬੰਨੋ ਇਹਨੂੰ ਏਦਾਂ ਕਰਕੇ ਸਭ ਤੋਂ ਅੱਗੇ ਬੰਨੋ ਇਹਨੂੰ ਕਾਦੋ ਬੰਨੀ ਉਹਨੂੰ ਅੱਗੇ ਬੰਨੀ ਪਾਣੀ ਅੱਗੇ ਕੀ ਕਰਨਾ ਤੁਸੀਂ ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋ ਗਿਆ ਜਾਨੀ ਮੈਂ ਬਹੁਤ ਵਧੀਆ ਤੁਹਾਡੇ ਪਿਆਰ ਅਤੇ ਤੁਹਾਡੇ ਦੁਆ ਦੇ ਨਾਲ ਸੋ ਮੇਰੇ ਸੱਜਣ ਪਿਆਰੋ ਕੀ ਹਾਲ ਚਾਲ ਠੀਕ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋ ਗਿਆ ਬਿਲਕੁਲ ਬਿਲਕੁਲ ਹਾਂਜੀ ਤੁਸੀਂ ਠੀਕ ਹੀ ਚਾਹੀਦੇ ਹੋ ਅਤੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਜਿਹੜੇ ਨਵੇਂ ਸਬਸਕ੍ਰਾਈਬਰ ਆ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਅਤੇ ਜਿਹੜੇ ਪੁਰਾਣੇ ਹੈਗਾ ਜੋ ਲਾਈਕ ਮੈਨੂੰ ਛੇ ਗਾਈ ਸੋ ਫਿਲਹਾਲ ਗੱਲ ਇਹ ਹੈ ਮੈਂ ਹੁਣੇ ਜਸਟ ਘਰ ਆਇਆ ਸੀਗਾ ਟਾਈਮ ਕਿੰਨਾ ਆਇਆ ਚੋ ਸਾਢੇ ਨੌ ਹੋਏ ਆ ਅਤੇ ਮੈਂ ਹੁਣ ਘਰ ਦੇ ਅੰਦਰ ਐਂਟਰ ਹੋਇਆ ਤਾਂ ਮੈਂ ਮੰਮੀ ਨੂੰ ਕਿਹਾ ਮੰਮੀ ਮੇਰਾ ਵਲੋਗ ਬਣਾਉਂਦਾ ਅਤੇ ਮੰਮੀ ਮੈਨੂੰ ਕਹਿੰਦਾ ਕਿ ਮੈਂ ਨਹੀਂ ਵਲੋਗ ਬਣਾ ਸਕਦੀ ਮੇਰੀ ਸਿਹਤ ਨਹੀਂ ਠੀਕ ਹੈਗੀ ਅਤੇ ਮੈਂ ਬਾਹਰ ਲੇਟਰ ਲੱਗੀ ਹੋਰਰ ਮੂਵੀ ਦੇਖਣੀ ਸੀ ਮੰਮੀ ਨੇ 3-4 ਦਿਨ ਤੋਂ ਮੰਮੀ ਕਹਿੰਦੇ ਮੈਂ ਉਹ ਦੇਖ ਲੈਂਗੀ ਮੈਨੂੰ ਡਿਸਟਰਬ ਨਾ ਕਰੀਓ ਅਤੇ ਇੱਥੇ ਦੇਖੋ ਅੰਸ਼ੂ ਪ੍ਰੋਪਰ ਮੰਮੀ ਨੂੰ ਕਲਪਾਉਣ ਦੇ ਮੂਡ ਦੇ ਵਿੱਚ ਅੰਸ਼ੂ ਨੇ ਪ੍ਰੋਪਰ ਮੇਕਅਪ ਵੀ ਕੀਤਾ ਆ ਮੈਂ ਬੰਨਾ ਮੰਮੀ ਦਾ ਦਾਦਾ ਮੰਮੀ ਦਾ ਦਾਦਾ ਸ਼ੇਰ ਸਿੰਘ ਤੁਹਾਨੂੰ ਮੰਮੀ ਦਾਦੇ ਦਾ ਨਾਮ ਪਤਾ ਹੈ ਸਭ ਕੁਝ ਪਤਾ ਉਹਨਾਂ ਦਾ ਮੈਂ ਉਹ ਖੇਲਦਾ ਰਿਹਾ ਵਾਂਟੇ ਵਾਂਟੇ ਖੇਲਦਾ ਰਿਹਾ ਮੈਂ ਦਾਦੂ ਜੀ ਨਾਲ ਨਾ ਬਣੀ ਦਾਦੂ ਦੇਖ ਮੇਰੀ ਗੱਲ ਸੁਣ ਮੈਂ ਤੁਹਾਨੂੰ ਇੱਕ ਪਿਆਰ ਨਾਲ ਗੱਲ ਦੱਸਾਂ ਮੰਮੀ ਦਾ ਮੂਡ ਨਹੀਂ ਠੀਕ ਹੈਗਾ ਮੈਨੂੰ ਨਹੀਂ ਫਰਕ ਪੈਂਦਾ ਭਾਈ ਠੀਕ ਹੈ ਮੈਂ ਮੂਡ ਦੇ ਹਿਸਾਬ ਨਾਲ ਚੱਲਣਾ ਇੱਥੇ ਮੇਰੇ ਸਬਸਕ੍ਰਾਈਬਰ ਵੇਟ ਕਰਦੇ ਮੈਂ ਆਪਣੀ ਸਬਸਕ੍ਰਾਈਬਰ ਫੈਮਿਲੀ ਨਾਲ ਪਿਆਰ ਹੈ ਮੇਰਾ ਯਾਰ ਮੈਂ ਉਹਨਾਂ ਨਾਲ ਕਰਾਂਗਾ ਗੱਲ ਮੈਂ ਇਹਨਾਂ ਦੇ ਮੂਡ ਦੇ ਹਿਸਾਬ ਨਾਲ ਚੱਲਣਾ ਢਿੱਡ ਬਣਾਉਣ ਤੋਂ ਪਹਿਲਾਂ ਮੈਨੂੰ ਜ਼ਿਆਦਾ ਤਾਂ ਨਹੀਂ ਹੋ ਗਿਆ ਇਹ ਕਿਹੜਾ ਢਿੱਡ ਹੋਇਆ ਅੱਜੂ ਇਹ ਕਿਹੜਾ ਢਿੱਡ ਆ ਭਰਾਵਾ ਬਹੁਤ ਜ਼ਿਆਦਾ ਹੋ ਰਿਹਾ ਤੇ ਹੁਣ ਤੁਸੀਂ ਦੱਸੋ ਇਹ ਸਹੀ ਕਰਦਾ ਪਿਆ ਕਿ ਗਲਤ ਕਰਦਾ ਪਿਆ ਕਿਉਂਕਿ ਮੰਮੀ ਦਾ ਮੂਡ ਨਹੀਂ ਹੈਗਾ ਮੈਨੂੰ ਵੀ ਗਾਲਾਂ ਪੈ ਕੇ ਹਟੀਆਂ ਵਾ ਅੰਸ਼ੂ ਨਾ ਕਰ ਮੰਨ ਲਾ ਗੱਲ ਅਜੇ ਵੀ ਭਾਈ ਸ਼ੇਰ ਸਿੰਘ ਆ ਗਿਆ ਤੈਨੂੰ ਮੈਨੂੰ ਪਹਿਲਾਂ ਇਹਦਾ ਤੈਨੂੰ ਮੰਮੀ ਦੇ ਦਾਦੇ ਦਾ ਨਾਂ ਕਿੱਦਾਂ ਪਤਾ ਮੈਨੂੰ ਨਹੀਂ ਪਤਾ ਸੀਗਾ ਕੁਝ ਪਤਾ ਦਾਦੀ ਦੱਸ ਦੱਸਣਾ ਮੈਂ ਆਧਾਰ ਕਾਰਡ ਤੇ ਨਾਂ ਨੀ ਲਿਖਿਆ ਹੁੰਦਾ ਤੂੰ ਕਿਹੋ ਜਿਹੀ ਗੱਲਾਂ ਕਰਦਾ ਪਿਆ ਮੇਰੇ ਵਰਗੇ ਅੱਛਾ ਤੁਹਾਡੇ ਦਾਦੂ ਨੂੰ ਡਾਂਸ ਆਉਂਦਾ ਸੀ ਨੋਰਾ ਫਤਿਹ ਵਾਲਾ ਮੈਂ ਸ਼ੇਰ ਸਿੰਘ ਉਸ ਟਾਈਮ ਦਾ ਸ਼ੇਰ ਸਿੰਘ ਨੋਰਾ ਫਤਿਹ ਦਾ ਨੱਚ 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 ਮੇਰੀ ਰਾਣੀ ਨੱਚ ਨਾ ਕਰ ਮੰਮੀ ਨੇ ਮਾਰ ਦਈ ਤੇਰੇ ਤੂੰ ਤਾਂ ਪੁੱਛੇ ਹੋਏ ਗੱਲ ਕਰੀ ਤੀਜੀ ਗੱਲ ਮੇਰੇ ਦਾਦੂ ਦੀ ਹਾਈਟ ਅੰਕੁਜ ਨੀ ਚੌਥੀ ਗੱਲ ਮੇਰੇ ਦਾਦੂ ਤੇਰੇ ਵਰਗਾ ਚੌਕਾ ਚੌਕਾ ਖਬਰਦਾਰ ਦੁਬਾਰਾ ਨਾਂ ਲਿਆ ਜੇ ਆਪਣੇ ਵਲੌਗ ਦੇ ਵਿੱਚ ਆਪਣਾ ਕੰਜਰ ਖਾਨਾ ਕਰ ਮੇਰੇ ਦਾਦੇ ਦਾ ਨਾਂ ਜਾਂ ਮੇਰੀ ਫੈਮਿਲੀ ਦਾ ਨਾਂ ਲੈਣਾ ਠੀਕ ਹੈ ਸਮਝ ਲੱਗ ਗਈ ਮੈਂ ਤੈਨੂੰ ਪਹਿਲਾਂ ਕਹਿੰਦਾ ਪਿਆ ਸੀ ਨੱਚ 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 ਸ਼ੇਰ ਸਿੰਘ ਨੱਚ 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 ਸ਼ੇਰ ਸਿੰਘ ਨਾ ਕਰਾਂ ਚ ਪੈੜੀ ਤੇਰੇ ਕਿ ਦੱਗਦੇ ਹੀ ਜੇ ਜੇ ਤੁਹਾਡੇ 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 ਦਾਦਾ ਸ਼ਰਮਾਂ ਨਹੀਂ ਜੇ ਤੁਹਾਡੇ ਦਾਦਾ ਕਿਹਦੇ ਘਰ ਜਾਂਦੇ ਹੁੰਦੇ ਆ ਓਏ ਓਏ ਲੋਕੀ ਸ਼ੇਰ ਆ ਗਿਆ
ਤੇ ਤੁਹਾਡੇ ਤੁਹਾਡੇ ਦਾਦਾ ਫਿਰ ਰਾਤੀ ਸੋਣ ਲੱਗੇ ਖੜਾ ਜਾਏਗਾ ਦੌੜ ਦੌੜੀ ਆ ਕਹਿੰਦਾ ਕਹਿੰਦਾ ਰਾਤੀ ਸੋਣ ਦੀ ਜਗ੍ਹਾ ਦੌੜ ਦੌੜੀ ਆ ਦੋਤਰੇ ਆ ਨਹੀਂ ਹਾਲੇ ਤੇ ਮੈਂ ਸ਼ੇਰ ਸਿੰਘ ਬਣਿਆ ਪਿਆ ਸ਼ੇਰ ਸਿੰਘ ਤੁਹਾਡੇ ਦਾਦਾ ਕਿਤੇ ਦੋ ਪੈਰ ਤੇ ਦਿੰਦੇ ਚਾਰ ਤੇ ਸ਼ੇਰ ਆ ਗਿਆ ਲੁਕਿਆ ਮੰਮੀ ਤੁਹਾਡੇ ਬੱਚੇ ਨੂੰ ਵੀ ਸੁਣਦਾ ਪਿਆ ਉਹਨਾਂ ਦਾ ਕੰਮ ਹੈ ਨਾਮ ਤੇ ਮੰਮੀ ਸ਼ੇਰ ਖਾਨ ਕੱਲਾ ਦਾਦੂ ਜੀ ਦਾ ਨਾਮ ਹੀ ਥੋੜਾ ਸ਼ੇਰ ਸ਼ੇਰ ਖਾਨ ਸ਼ੇਰ ਖਾਨ ਦੀ ਹੈਗਾ ਉਹ ਸ਼ੇਰ ਖਾਨ ਮੋਗਲੀ ਵਿੱਚ ਅੱਛਾ ਸ਼ੇਰ ਖਾਨ ਮੋਗਲੀ ਜੇ ਵਾ ਚੱਲ ਕੀ ਬਾਤ ਹੋ ਵੀ ਕੀ ਰੋਬ ਹੈ ਤੇਰੇ ਪੜਦਾਦੂ ਦੀ ਬੇਇੱਜ਼ਤੀ ਹੁੰਦੀ ਹੈ ਇੱਥੇ ਚੂ ਕਰਨਾ ਕਰ ਆਪਣਾ ਜ਼ਰੂਰਤ ਦੇ ਕੀ ਨਿਕਲੇਗਾ ਨਾ ਨਾ ਲੈ ਮੈਂ ਨਹੀਂ ਰਿਕਾਰਡ ਕੋ ਦਾਦੂ ਫੁੱਲ ਫਰੈਂਕ ਹੋ ਰਹੇ ਆ ਤੇਰੀ ਦਾਦੀ ਦਾ ਕੀ ਨਾਮ ਹੀ ਤੂੰ ਕੀ ਲੈਣਾ ਹੈ ਦੱਸ ਥੋੜਾ ਦੱਸੋ ਤੂੰ ਕੀ ਲੈਣਾ ਕੀ ਨਾ ਦੱਸਾ ਦਾਦਾ ਕੱਚੇ ਚ ਹੋ ਗਿਆ ਵਾ ਫਿਰ ਆਜ ਮੈਂ ਦੱਸੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਉਹਦਾ ਦਾਦੀ ਦਾ ਕੀ ਨਾਮ ਸੀ ਗੇ ਨਾ ਕਰੇਗਾ ਫਿਰ ਨਹੀਂ ਕਰਾਂਗਾ ਪੱਕਾ ਨਹੀਂ ਕਰਾਂਗਾ ਵਿਦਿਆ ਦੇਵੀ ਓ ਇਹ ਮੇਰੀ ਵਿਦਿਆ ਪੜ੍ਹਾਈ ਇੱਥੇ ਆ ਵਿਦਿਆ ਦੇਵੀ ਇੱਕ ਵਿਦਿਆ ਵਿਦਿਆ ਵਿਦੂ 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 ਤੁਹਾਡੀ ਨਾਨੀ ਦਾ ਕੀ ਨਾਮ ਸੀ ਮਾਈ ਨੇਮ ਇਜ਼ ਸ਼ੀਲਾ ਸ਼ੀਲਾ ਕੀ ਜਵਾਨੀ ਨਾਨੀ ਉਹ ਵਾਲਾ ਸ਼ੀਲਾ ਨਾਨੀ ਦਾ ਨਾਮ ਹੈ ਸ਼ੀਲਾ ਰਾਣੀ ਲਾਰੜੀ ਹਮਾਰੀ ਤਾਂ ਨਾਨੀ ਹੈ ਜੇ ਤੁਹਾਡੀ ਨਾਨੀ ਦਾ ਨਾਮ ਕੀ ਹੈ ਮਾਈ ਨੇਮ ਇਜ਼ ਸ਼ੀਲਾ ਸ਼ੀਲਾ ਕੀ ਜਵਾਨੀ ਆ ਸੈਕਸੀ ਫॉर ਯੂ ਤੂੰ ਤੇਰੇ ਹੱਥ ਅੰਜੂ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਮੇਰੀ ਮਾਂ ਦਾ ਨਾਮ ਹੈ ਓ ਸੋਰੀ ਮੰਮੀ ਦਾ ਵੀ ਬੜਾ ਗੰਦਾ ਨਾਮ ਹੈ ਕਿ ਤੁਹਾਨੂੰ ਪਤਾ ਮੀ ਨੂ ਮੀਨੂ ਮੰਮੀ ਕਿੱਦਾਂ ਨਾਮ ਹੈ ਤੁਹਾਡਾ ਅੰਜੂ ਓਏ ਮੈਂ ਤੇ ਆ ਸ਼ੇਰ ਮੰਡੀ ਅਜੇ ਮੈਂ ਨਹੀਂ ਆਵਾਂ ਕੱਪਲੇ ਵੀ ਹੁੰਦੇ ਹੋਣੇ ਆ ਮੇਰੀ ਮੰਮੀ ਬਹੁਤ ਸੋਹਣੀ ਹੁੰਦੀ ਆਪਣੇ ਟਾਈਮ ਤੇ ਫਿਰ ਤੁਹਾਨੂੰ ਕੀ ਹੋਇਆ ਸ਼ੀਲਾ ਸ਼ੀਲਾ ਕੀ ਜਵਾਨੀ ਆਰਮ ਸੈਕਸੀ ਪਾਈ ਅੰਜੂ ਆ ਸ਼ੇਰ ਸਿੰਘ ਆ ਗਿਆ ਟੱਬਰ ਤਾਂ ਠੀਕ ਆ ਫੋਟੋ ਟੇਢੀ ਹੋ ਗਈ ਦੀ ਹੈ ਮੇਰੇ ਟੱਬਰ ਨੇ ਮੇਰਾ ਤੁਸੀਂ ਵਿਗਾੜਿਆ ਜੋ ਵਿਗਾੜਿਆ ਮੇਰੇ ਪੈਸੇ ਖਾ ਗਏ ਠੀਕ ਬੱਚੇ ਇੱਕ ਮਿੰਟ ਇੱਕ ਨੂੰ ਗੱਲ ਕਰਦੇ ਵੱਡੇ ਦੀ ਗੱਲ ਹੋਣੀ ਨਾ ਸ਼ੇਰ ਸਿੰਘ ਦੀ ਤੇ ਮੀਨੂ ਦੀ ਗੱਲ ਹੋ ਰਹੀ ਹੈ ਬਕਵਾਸ ਨਾ ਕਰ ਮੈਨੂੰ ਗੁੱਸਾ ਚੜ੍ਹ ਗਿਆ ਅੱਜ ਨਾ ਕਰਿਆ ਗੁੱਸਾ ਸ਼ੀਲਾ ਸ਼ੀਲਾ ਕੀ ਜਵਾਨੀ ਆਰਮ ਸੈਕਸੀ ਫॉर ਯੂ ਮੈਂ ਤੇਰੇ ਹੱਥ ਨਾ ਮੇਰੀ ਮਾਂ ਮੰਮੀ ਹੱਥ ਵਿੱਚ ਕਰ ਤੇ ਮੇਰੀ ਸੋਹਣੀ ਹੱਥ ਵਿੱਚ ਕਰ ਰੁੱਲ ਗਿਆ ਰੁੱਲ ਗਿਆ ਰੁੱਲ ਗਿਆ ਮੇਰੀ ਸੋਹਣੀ ਹੱਥ ਵਿੱਚ ਕਰ ਸ਼ੀਰ ਸਿੰਘਾ ਮੰਮੀ ਕਿਦ ਕਦਰ ਆਸ਼ ਮੇਰੀ ਮਾਂ ਦਾ ਨਾਲ ਆਏ ਸਵੇਰੇ ਆਏ ਕਿ ਨਾਨੀ ਆਪਣੇ ਨਾਲ ਹੀ ਕੁੱਤਿਆ ਬਸ਼ਰਮਾ ਹਾਂ ਕਾਉ ਹੋ ਗੰਦਾ ਯੂ نو ਯੂ نو ਚਲੋ ਲੱਡੂ ਤੈਨੂੰ ਪਤਾ ਤੇਰੀ ਦਾਦੀ ਦਾ ਨਾਮ ਕੀ ਹੈ
ਦੁਨੀਆਦਾਰੀ ਦਾ ਨੀ ਪਤਾ, ਤੂੰ ਬੋਨਟ ਤੇ ਬਹਿਣਾ, ਠੀਕ ਹੈ? ਤੂੰ ਆਪਣੇ ਆਪ ਨੂੰ ਇੰਜੋਨੋਇਲ ਸਮਝਣਾ, ਠੀਕ ਹੈ? ਜਦੋਂ ਆਪਾਂ ਵਾਈਪਰ ਜਾਂਦੇ ਨਾ, ਤੂੰ ਕੱਪੜਾ ਲੈ ਕੇ ਤੈਨੂੰ ਭਾਗ ਲਾਂਗੇ ਕਿ ਆਪਾਂ ਪਾਣੀ ਮਾਰ ਕੇ ਬਾਅਦ ਸ਼ੀਸ਼ਾ ਸਾਫ਼ ਕਰੀਏ ਸਾਡਾ, ਇੰਜਣ ਹੋਈ ਨਾ ਸਾਡਾ। ਪਹਿਲਾਂ ਤੂੰ ਪੁੱਛ ਤੇ ਲੈ ਕਿੰਨਾ ਆਖਿਆ, ਕਿੰਨੇ ਕਿਹਾ ਮਾਈ ਯਾਰ, ਚੰਗਾ ਲੱਗਦਾ ਤੁਸੀਂ ਕਿ ਅੱਗੇ ਕਿੰਨੀ ਕੁ ਅੱਗੇ ਭਾਗਾਂ ਮੈਂ, ਹੋਰ ਲਿਮਸੀਨਾ ਡੇਗੋ ਇਹਨੇ ਕਮੈਂਟ ਕੀਤਾ। ਓਕੇ ਮੈਂ ਪੜਦਾ ਯਾਰ, ਯਾਦਵੀ ਕਿਉਂ ਨਹੀਂ ਅੱਗੇ ਬੈਠੀ ਕਿ ਕਾਰ ਮੇ ਓਲ ਟਾਈਮ ਹਰ ਮਦਰ ਇਨ ਲੋ ਡੋਮੀਨੇਟਿੰਗ ਮਦਰ ਇਨ ਲੋ ਉਸੇ ਉਸੇ ਬੜਾ ਪਤਾ ਹੈ ਡੋਮੀਨੇਟਿੰਗ ਹੈ। ਆਈਡੀ ਦਾ ਨਾਮ ਹੈਗਾ ਕੀ ਨਾਮ ਹੈ ਪਤਾ ਨੀ ਕੀ ਨਾਮ ਹੀ ਪਰ ਮਰੰਡਾ ਮਾਰ ਅਰੋੜਾ ਗਾਈ ਮੈਂ ਪੜਦਾ ਨਹੀਂ ਮਿਸਟਰ ਮਰਿਨ ਚਲੇ ਤੈਨੂੰ ਨਾਮ ਨੀ ਨਿਕਲਣਾ ਆਂਡਿਆ ਆਪਣਾ, ਤੂੰ ਡੋਮੀਨੇਟ ਦੀ ਸਪੈਲਿੰਗ ਕਿਦਾਂ ਲਿਖ ਲੈ ਤਾ ਤੇਰੀ ਯਾਰ ਕਿੰਨੇ ਆ ਕੇ ਕਿੰਨੀ ਅੱਗੇ ਬਾਬਾ ਕਿੰਨੀ ਅੱਗੇ ਬਾਬਾ ਟਰੱਕ ਰੱਖੀ ਦਾ ਅੱਗੇ ਆਪਾਂ ਆ ਪੰਜ ਬੱਤੀ ਪੈਂਦੇ ਆ ਗੱਡੀ ਪਾਗਲਾ ਤੂੰ ਖੋਤੀ ਅੱਗੇ ਬੱਕੀ ਕਿੱਥੇ ਬਾਬਾ ਉਹਨੂੰ ਅੱਗੇ ਮੈਂ ਟਾਇਰ ਥੱਲੇ ਵਾੜਦਾ ਸਪਣੀ ਲਾ ਦੋ ਪਿੱਛੇ ਮੰਮਾ ਐਸੇ ਤੇ ਮੈਂ ਪਲੀਜ਼ ਪਲੀਜ਼ ਯਾਰ ਪਲੀਜ਼ ਸਮਝੋ
ਆਪਣੇ ਪਾਗਲ ਹੋ ਜਾਣਾ ਮੈਂ ਆਪ ਕਿੰਨੇ ਕੁ ਰਿਪਲਾਈ ਕਰਾਂ ਯਾਰ ਖੋਤੇ ਖੋਤੇ ਡੰਗਰ ਗੱਡੀ ਮੇਰੀ ਜਨਾਨੀ ਮੇਰੀ ਮਾਂ ਮੇਰੀ ਮੈਂ ਜਿਹਨੂੰ ਮਰਜ਼ੀ ਅੱਗੇ ਭਾਵਾਂ ਤੁਹਾਨੂੰ ਕੀ ਅੱਛਾ ਮੰਮੀ ਤੁਸੀਂ ਗੱਡੀ ਚਲਾ ਲਿਆ ਕਰੋ ਯਾਰ ਵੀ ਤੂੰ ਅੱਗੇ ਵੱਜਿਆ ਕਰੀ ਠੀਕ ਹੈ ਉਹਦੀ ਗੱਲ ਸੁਣੋ ਸਾਨੂੰ ਤੋਂ ਨਾ ਗੁਰੂ ਕੱਢ ਦਿਓ ਠੀਕ ਹੈ ਗੱਡੀ ਵਗੈਰਾ ਤੁਸੀਂ ਚਲਾਓ ਅੱਗੇ ਬੈਠੋ ਬੋਨਟ ਦੇ ਵਿੱਚ ਬਣ ਜਾ ਠੀਕ ਹੈ ਅੰਦਰੋਂ ਬਾਹਰ ਨਹੀਂ ਠੀਕ ਹੈ ਇੰਜਨ ਆਇਲ ਵਾੜ ਕੇ ਨਾ ਵਿੱਚ ਲਿਕੁਇਡ ਬਣ ਕੇ ਅੰਦਰ ਇੱਦਾਂ ਬਹਿ ਜਾ ਜਿਹੜੇ ਨਾ ਜਿਨ੍ਹਾਂ ਨੂੰ ਪੂਰੇ ਸਾਲ ਚ ਇੱਕ ਵਾਰੀ ਗੱਡੀ ਦੀ ਟ੍ਰਿਪ ਮਿਲਦੀ ਨਾ ਉਹ ਵੀ ਟ੍ਰੈਵਲਿੰਗ ਤੇ ਠੀਕ ਹੈ ਉਹ ਚ ਜਿਹੜੇ ਆਪਸ ਚ ਭੈਣ ਭਰਾਵਾਂ ਲੜਦੇ ਮੈਂ ਅੱਗੇ ਬਹਿਣਾ ਮੈਂ ਅੱਗੇ ਬਹਿਣਾ ਅੱਗੇ ਨੀ ਬਹਿਣਾ ਫਰੰਟ ਸੀਟ ਲਈ ਵਿੰਡੋ ਸੀਟ ਚਾਹੀਦੀ ਮੈਨੂੰ ਅੱਗੇ ਵਾਲੀ ਸੀਟ ਚਾਹੀਦੀ ਪਿੱਛੇ ਮੰਮੀ ਵਿੱਚ ਬਹੁਤ ਦਿੰਦੀ ਹੈ ਅੱਗੇ ਬਹਿਣਾ ਮੈਂ ਇਹ ਕੋਈ ਕੁੜੀ ਹੈ ਜਿਹਦਾ ਸੁਪਨਾ ਕਿ ਮੈਂ ਗੱਡੀ ਚ ਅੱਗੇ ਬੈਠਾ ਜਿਹਦਾ ਸੁਪਨਾ ਠੀਕ ਹੈ ਇਹ ਉਹ ਸੁਪਨਾ ਯਾਦ ਵੀ ਦੁਆਰਾ ਪੂਰਾ ਕਰ ਰਹੀ ਹੈ ਯਾਦ ਵੀ ਚ ਆਪਣੇ ਆਪ ਨੂੰ ਦੇਖ ਰਹੀ ਹੈ ਮੰਮੀ ਕੱਲ ਗੱਡੀ ਵਿੱਚੋ ਮੈਂ ਗੱਡੀ ਰੱਖਣੀ ਨੀ ਫਿਰ ਬਾਈਕ ਆ ਗਿਆ ਇਹਨੇ ਕਹਿਣਾ ਨਹੀਂ ਇਹਨੂੰ ਪੈਟਰੋਲ ਟੈਂਕ ਤੇ ਬਿਠਾਓ ਇਹਨੂੰ ਨਹੀਂ ਬਾਈਕ ਦੇ ਅਗਲੇ ਟਾਇਰ ਤੇ ਬਿਠਾਓ ਇਹਨੂੰ ਨਹੀਂ 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 ਇਹ ਬੂਖ ਖਗਮ ਹੈ ਸ਼ੁਕਰ ਆਪਾਂ ਉਹਨੂੰ ਕਿਤੇ ਟ੍ਰੇਨ 'ਚ ਲੈ ਗਈ ਤੂੰ ਕਹਿੰਦਾ ਇਹਨੂੰ ਜਿਹੜਾ ਇੰਜਨ ਆ ਨਾ ਇੰਜਨ ਦੇ ਅੱਗੇ ਬੰਨੋ ਇਹਨੂੰ ਏਦਾਂ ਕਰਕੇ ਸਭ ਤੋਂ ਅੱਗੇ ਬੰਨੋ ਇਹਨੂੰ ਕਾਦੋਂ ਬੰਨੀ ਉਹਨੂੰ ਅੱਗੇ ਆਪਾਂ ਨਹੀਂ ਬਾਣੀ ਅੱਗੇ ਸਾਡੀ ਮਰਜ਼ੀ ਆਪਾਂ 40 ਪਰਿਵਾਰ ਦਾ ਪਰਿਵਾਰ ਆਪਾਂ ਉਹਨੂੰ ਪਿੱਛੇ ਪਾਉਣਾ ਆਪਾਂ ਉਹਨੂੰ ਕੁੱਟਦੇ ਆ ਮਾਰਦੇ ਆ ਰੋਟੀ ਨਹੀਂ ਦਿੰਦੇ ਕੀ ਕਰਨਾ ਤੁਸੀਂ ਹਾਂ ਨਹੀਂ ਜੀਂ ਦੰਦੇ ਲੋਕੀ ਮੰਮੀ ਕਿੱਥੇ ਜਾਈਏ ਆਪਾਂ ਤੇ ਪੈਦਲ ਚੱਲਾਂਗੇ ਨਾ ਤਾਂ ਵੀ ਕਹਿਣਾ ਕਿ ਆਦਮੀ ਨੂੰ ਅੱਗੇ ਰੱਖੋ ਸਭ ਤੋਂ ਜ਼ਿਆਦਾ ਕੀ ਕਰੀਏ ਕਿੱਥੇ ਜਾਈਏ ਲੋਕਾਂ ਦਾ ਕਮੈਂਟ ਵੀ ਆਉਣਾ ਅੰਕੂ ਦਾ ਚੈਨਲ ਹੈ ਅੰਸ਼ੂ ਦਾ ਹੈਗਾ ਮੰਮੀ ਦਾ ਹੈਗਾ ਯਾਦਵੀ ਦਾ ਕਿਉਂ ਨਹੀਂ ਹੈਗਾ ਸਾਰੇ ਦੇ ਕਮੈਂਟ ਆ ਰਹੀ ਯਾਰ ਕਿਉਂ ਨਹੀਂ ਯਾਰ ਇਹ ਬਹੁਤ ਗੰਦੀ ਦੁਨੀਆ ਯਾਰ ਆਪਾਂ ਇੰਨਾ ਆਸਾਨ ਸਭ ਕੁਛ ਕਰਦੇ ਹਾਂ ਇਹ ਸਾਰੀ ਚੀਜ਼ਾਂ ਲੱਭ ਕੀ ਰਹੀ ਹੈ ਕਿ ਜਦ ਵੀ ਸੀਟ ਅੱਗੇ ਸੀਟ ਤੇ ਕਿਉਂ ਨਹੀਂ ਬੈਠੀ ਸੀਰੀਅਸਲੀ ਯਾਰ ਕਿਉਂ ਨਹੀਂ ਆਇਆ ਤੂੰ ਕਿਉਂ ਇੱਕ ਮਿੰਟ ਤੂੰ ਕਿਉਂ ਨਹੀਂ ਅੱਗੇ ਸੀਟ ਤੇ ਲੈਂਦੀ ਕੀ ਹੁੰਦਾ ਜਦੋਂ ਪ੍ਰੈਗਨੈਂਸੀ ਇਸ ਦੌਰ ਦੇ ਵਿੱਚ ਨਾ ਜਨਾਨੀ ਫਰੰਟ ਸੀਟ ਤੇ ਬੈਂਦੀ ਹੈ ਜਦੋਂ ਬ੍ਰੇਕ ਵੱਜਦੀ ਨਾ ਸਿੱਧਾ ਪਹਿਲਾਂ ਇਦਾਂ ਹੁੰਦਾ ਬਿਲਕੁਲ ਪਿਛਲੀ ਸੀਟ ਹੈ ਨਾ ਇੱਦਾਂ ਖੁੱਲੇ ਹੋ ਕੇ ਬੈਠੇ ਹੁੰਦੇ ਇੱਦਾਂ ਸੀਟ ਫੜੀ ਹੁੰਦੀ ਹੈ ਚਾਹੇ ਦੋਨਾਂ ਪਾਸੋਂ ਚਾਹੇ ਫਰੰਟ ਤੋਂ ਇੱਦਾਂ ਹੁੰਦਾ ਜਨਾਨੀ ਆਪਣਾ ਕੰਟਰੋਲ ਕਰਦੀ ਹੈ ਬਿਲਕੁਲ ਔਰ ਫਰੰਟ ਸੀਟ ਤੋਂ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੋਣ ਲੱਗੇ ਨਾ ਹਮੇਸ਼ਾ ਇੱਧਰ ਜਾਂ ਉੱਧਰ ਇਹਨੂੰ ਹਮੇਸ਼ਾ ਸੈਂਟਰ 'ਚ ਬਿਠਾਉਂਦੇ ਜਾਂ ਤੁਸੀਂ ਨਾਲ ਹੁੰਦੇ ਹੋ ਬਿਲਕੁਲ ਅਸੀਂ ਇਹਨੂੰ ਕਹਿੰਦੇ ਹਾਂ ਦੱਬੇ ਹੋ ਕੇ ਬਹਿ ਯਾਰ ਇਹ ਦਿੱਕਤ ਨਾ ਵੀ ਹੋਏ ਤੇ ਸਾਈਡ 'ਤੇ ਵੀ ਬੈਠੇ ਕਿਸੇ ਨੂੰ ਕੀ ਪ੍ਰੋਬਲਮ ਹੈ ਸਾਨੂੰ ਜਿਵੇਂ ਦੂਜੀ ਨੂੰ ਆਏਗੀ ਉਹ ਵੀ ਪਿੱਛੇ ਬੈਠੇਗੀ ਫਿਰ
ਐੜੇ ਤੁਹਾਡੇ ਕੁਐਸਚਨਸ ਨਾ ਡੋਮੀਨੇਟਿੰਗ ਸੱਸ ਨੂੰ ਇਦਾਂ, ਇਹ ਉਹ ਇਨਸਾਨ ਹੈ ਜਿਨ੍ਹਾਂ ਦੇ ਘਰ ਨਾ ਸੱਸ ਨੂੰ ਦਾ ਰੋਜ਼ ਕਲੇਸ਼ ਪਿਆ ਹੁੰਦਾ, ਮੇਰੀ ਸੱਸ ਗਲਤ, ਮੇਰੀ ਸੱਸ ਮਾੜੀ, ਇੱਕ ਨੇ ਕਹਿਣਾ ਮੇਰੀ ਨੂੰਹ ਮਾੜੀ ਐਡੇ. ਇੱਕ ਮਿੰਟ ਬੇਟਾ, ਐਡੇ ਡਰਾਮੇਬਾਜ਼ੀਆਂ ਨਾ ਪਲੀਜ਼ ਆਪਣੇ ਘਰ ਤੱਕ ਰੱਖੋ, ਸਾਡੇ ਘਰ ਤੱਕ ਚੀਜ਼ਾਂ ਨਾ ਪਜਾਓ, ਕਿਉਂਕਿ ਸਾਡੇ ਘਰ ਦਾ ਸਿਸਟਮ ਬਹੁਤ ਅਲੱਗ ਹੈ. ਸਾਡੇ ਘਰ 'ਚ ਜੇਠ ਜੇਠ ਨਹੀਂ ਹੈਗਾ ਭਰਾ ਹੈ, ਸਾਡੇ ਘਰ ਨੂੰ ਨੂੰਹ ਨਹੀਂ ਹੈਗੀ ਧੀ ਹੈ, ਸਾਡੇ ਘਰ ਸੱਸ ਸੱਸ ਨਹੀਂ ਹੈਗੀ ਮਾਂ ਹੈ. ਇੱਥੇ ਬੰਦਾ ਨਹੀਂ ਹੈਗਾ ਫੁੱਦੂ ਹੈ ਜਿਹੜਾ ਤੁਹਾਨੂੰ ਤੁਹਾਨੂੰ ਕੁਛ ਸਮਝਾਉਣ ਦੇ ਤੁਹਾਨੂੰ ਰਿਪਲਾਈ ਦੇਣ ਦੇ. ਪਾਗਲ ਹੋ ਕਿ ਖੋਤੇ ਹੋ ਕਿਹੜੇ ਯਾਰ, ਕਿਹੜੇ ਹੋ ਤੁਸੀਂ ਯਾਰ. ਮੈਂ ਯਾਰ ਯਾਰ ਓਂਡਾ ਵਾਲ ਵੀ ਦੇਖੋ ਜਿਹੜੇ ਰੋਜ਼ ਸਾਨੂੰ ਪਿਆਰ ਦੇਖਦੇ ਆ, ਕਮੈਂਟ ਕਰਦੇ ਆ, ਤੁਹਾਨੂੰ ਕਿਉਂ ਯਾਰ, ਕਿਉਂ ਕਿਹਦੀ ਅਗਲੀ ਸੀਟ 'ਤੇ ਕਿਉਂ ਨਹੀਂ ਬੈਠੀ ਯਾਰ, ਕਿਹੜਾ ਸਵਾਲ ਹੋਇਆ, ਤੂੰ ਕਿਉਂ ਨਹੀਂ ਅੱਗੇ ਸੀਟ 'ਤੇ ਬੈਠੀ ਯਾਰ. ਤੈਨੂੰ ਘਰੇ ਇਹਨਾਂ ਨੇ ਵੀ ਪੁੱਛਣਾ ਕਿ ਯਾਰ ਵੀ ਆਪਕੋ ਘਰ ਮੇਂ ਇੱਕ ਰੋਟੀ ਦੇਤੇ ਜਾਂ ਦੋ, ਯਾਰ ਵੀ ਆਪਕੋ ਠੰਡੇ ਪਾਣੀ ਸੇ ਲਾਤੇ ਗਰਮ ਪਾਣੀ ਸੇ. ਯਾਰ ਜਿਹੜੇ ਪਿਆਰ ਕਰਦੇ ਬੰਦਾ ਉਹਨਾਂ ਵੱਲ ਦੇਖ ਕਿਸੇ ਨੂੰ ਗੱਲ ਯਾਰ, ਘਟੀਆ ਇਨਸਾਨ ਹੋ ਤੂੰ ਯਾਰ, ਜੋ ਵੀ ਤੂੰ ਹੈ ਯਾਰ, ਤੂੰ ਜੋ ਵੀ ਹੈ. ਮੇਰਾ ਭਰਾ ਮੇਰੇ ਘਰ ਆ, ਤੈਨੂੰ ਮੈਂ ਅਗਲੀ ਸੀਟ ਦੇ ਨਜ਼ਾਰੇ ਦਵਾਉਣਾ, ਤੈਨੂੰ ਮੈਂ ਅੱਗੇ ਬਹਾ ਕੇ ਏਦਾਂ ਦੇ ਨਜ਼ਾਰੇ ਦਵਾਵਾਂਗਾ, ਟੂ ਇੰਜੋਏ ਦੈਟ. ਅੱਗੇ ਬਹਿਣ ਦਾ ਚਾਅ ਜਿਹੜਾ ਹੈਗਾ ਨਾ ਉਹ ਮੈਂ ਪੂਰਾ ਲਾ ਦਾਂਗਾ. ਕਮ ਕਮ ਆਈ ਐਮ ਰੈਡੀ, ਕਮ ਕਮ ਸ਼ੇਰ ਸ਼ੇਰ ਸਿੰਘ ਇਜ਼ ਰੈਡੀ. ਮਸ਼ਹੂਰੀ ਮਾਤਾ ਮਾ ਜੀ ਸੜਕਲੀ ਮਾਣਾ ਰੋਕਿੰਗ ਰੋਲ. ਯਾਰ ਕਿਉਂ ਸ਼ੇਰ ਸਿੰਘ ਕਿਉਂ ਯਾਰ, ਜਿਹਦਾ ਕੋਈ ਮੋਲ ਨੀ ਅਰਮਾਨ ਤੇਰਾ ਵੀ ਨਾਮ ਕਿੱਦਾਂ ਦਾ, ਯਾਦਵੀ ਤੁਹਾਡਾ ਕਿੱਦਾਂ ਦਾ, ਸੋਨੀਆ ਹੋ ਗਿਆ. ਮੈਂ ਬਹੁਤ ਕਰੋਚ ਆ ਮੰਮੀ, ਮੈਂ ਬਸ ਯਾਰ ਮੈਂ ਵਲੋਗ ਨੂੰ ਐਂਡ ਕਰਨਾ ਚਾਹੁੰਦਾ, ਮੈਂ ਪਰੇਸ਼ਾਨ ਆ. ਮੈਂ ਬੂ ਕੱਲ ਤੇ ਤੂੰ ਅਗਲੀ ਸੀਟ ਤੇ ਬਹਿਣਾ, ਜੇ ਤੂੰ ਅਗਲੀ ਸੀਟ ਤੇ ਨਹੀਂ ਬੈਠੀ ਮੈਂ ਤੇ ਲੱਤਾਂ ਤੋੜ ਦੇਣੀ ਆ. ਨਹੀਂ ਤੂੰ ਬੋਨਟ ਤੇ ਬਹਿਣਾ ਤੇ ਨਾਲੇ ਤੇਰੇ ਹੱਥ ਪੈਰ ਰੱਸੀ ਨਾਲ ਉੱਥੇ ਬੰਨੇ ਜਾਓਗੇ, ਤੂੰ ਬੋਨਟ ਤੇ ਐਦਾਂ ਬਹਿ ਕੇ ਜਾਊਗੀ. ਠੀਕ ਹੈ, ਸਭ ਤੋਂ ਅੱਗੇ. ਠੀਕ ਹੈ, ਤੇ ਇਹ ਵਲੋਗ ਨੂੰ ਆਪਾਂ ਕਰਦੇ ਇੱਥੇ ਸਮਾਪਤ. ਹੇਟਰਸ ਲਈ ਆਪਾਂ ਹਮੇਸ਼ਾ ਤਿਆਰ ਬਰ ਤਿਆਰ ਆ, ਆਜੋ ਟੱਕਰ ਲਓ ਤਿਆਰ ਨਾਲ, ਸਾਡੇ ਨਾਲ ਨਹੀਂ ਤਿਆਰ ਆ, ਆਜੋ ਮੇਰੇ ਨਾਲ ਲੜੋ. ਜਿਹੜੇ ਜਿਹੜੇ ਪਿਆਰ ਕਰਦੇ ਨਾ ਉਹਨਾਂ ਲਈ ਆਇਆ ਇੱਥੇ ਜਗ੍ਹਾ ਹੈਗੀਆਂ ਨਾ, ਜਿਹੜੇ ਲੜਨ ਆਜੋ 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 ਗੱਲਾਂ ਕਰਦੇ, ਆਜੋ ਲੜੋ ਗੱਲਾਂ 'ਚ ਲੜੋ. ਤੇ ਅਗਰ ਤੁਹਾਨੂੰ ਵਲੋਗ ਦੇਖਣ 'ਚ ਮਜ਼ਾ ਆਇਆ ਤਾਂ ਲਾਈਕ ਕਰਨਾ ਨਾ ਭੁੱਲੋ, ਚੈਨਲ ਸਬਸਕ੍ਰਾਈਬ ਕਰ ਦਿਓ. ਮੇਰਾ ਗਲਾ ਬਹਿ ਗਿਆ ਬੋਲ ਬੋਲ ਕੇ, ਪਰ ਹੇਟਰਸ ਨੂੰ ਸ਼ਰਮ ਮੰਨੀ ਆ. ਤੇ ਹੇਟਰਸ ਕਰਦੇ ਰਹੋ, ਮੈਂ ਤੁਹਾਡੇ ਜਵਾਬ ਦਾ ਦਾ ਦਿੰਦੇ ਰਹਾਂਗਾ, ਤੁਸੀਂ ਉੱਥੇ ਦੇ ਉੱਥੇ ਰਹਿਣਾ, ਆਪਾਂ ਇੱਥੋਂ ਉੱਥੇ ਪੁੱਜਣਾ. ਬਾਏ ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ. ਲੋ ਨਏ ਹੋ ਤੋ ਸਬਸਕ੍ਰਾਈਬ ਕਰੋ, ਉਹ ਜੋ ਲਾਲ ਵਾਲਾ ਬਟਨ ਹੈ ਉਸ ਪੇ ਫੂਟ ਫੇਂਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ. ਅਬ ਮੈਂ ਵੀ ਜਾ ਰਹਾ ਹੂੰ, ਮੁਝੇ ਪੈਸੋ ਕੇ ਪੀਛੇ ਭਾਗਨਾ ਹੈ. ਬਾਏ.